ਕੋਠੀ ਆਪਣੀ ਅਤੇ ਕੋਠੀ ਥੱਲੇ ਗੱਡੀ, ਗੱਡੀ ਥੱਲੇ ਉਹ ਗੱਡੀ ਥੱਲੇ ਨਹੀਂ ਗੱਡੀ ਕੋਲੇ ਮੈਡਮ। ਸੈਬੂ ਨੂੰ ਮੈਂ ਇੱਧਰ ਭੇਜਿਆ ਅਤੇ ਗੁੰਨੂ ਇੱਧਰ ਦੀ ਆ ਗਈ। ਸੈਬੂ ਨੂੰ ਉੱਧਰ ਦੇਖ ਲਓ ਕੀ ਕਰੀ ਜਾਂਦੀਆਂ ਦੋਵੇਂ ਮਾਵਾਂ ਧੀਆਂ। ਪਾਪਾ ਡਾਂਟਣਗੇ ਕਹਿਣਗੇ ਬਾਹਰ ਬੈਠੇ ਆ ਗਲੀ ਚੋਂ ਨਿਕਲ ਕੇ ਦੁਪਹਿਰੇ ਕੀ ਫਿਰ। ਸਿੰਪਲ ਬਣਾ ਦਿਓ, ਗਰਮੀ ਬਹੁਤ ਆ, ਫਿਰ ਬਣਾ ਦਾਂਗੇ ਕਿਹਾ ਜਲਦੀ ਛੁੱਟੀ ਹੋ ਜਾ ਕਰੂਗਾ ਤੁਹਾਨੂੰ, ਤੁਹਾਨੂੰ ਖਾਦੇ ਨਹੀਂ ਜਾਣਾ। ਕਿਉਂ ਨਹੀਂ ਖਾਦੇ ਜਾਣੇ? ਲਓ ਜੀ ਕਹਿੰਦੇ ਗੁੱਡ ਮਾਰਨਿੰਗ ਹੋ ਗਈ, ਕਹਿੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਓ, ਬੋਲੋ ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਹੋਰ ਨਵੇਂ ਵਲੌਗ 'ਚ। ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੰਡੇ ਦੀ ਗੁੱਡ ਮਾਰਨਿੰਗ ਹੋ ਗਈ ਹੈ, ਧੁੱਪ ਧੁੱਪ ਵਾਲੀ। ਵੈਲਕਮ ਬੈਕ ਇਨ ਨਿਊ ਵੀਡੀਓ ਤੇ ਨਿਊ ਡੇ 'ਚ। ਸਾਡੇ ਹਸਬੈਂਡ ਵਾਈਫ ਦੇ ਇਕੱਠਿਆਂ ਦੇ ਨਾਲ ਅੱਜ ਦਾ ਵਲੌਗ। ਮਿਸਤਰੀ ਬਾਈ ਹੋਣੀ ਵਾਪਸ ਆ ਗਏ, ਕੰਮ ਸਟਾਰਟ ਛੋਰਾ ਛੋਰਾਂ 'ਤੇ, ਅੱਗੇ ਜਾ ਕੇ ਹੌਲੀ ਪੈ ਜਾਂਦਾ ਬਸ। ਗਰਮੀ ਬਹੁਤ ਆ ਨਾ ਸਾਰੇ, ਇਹ ਵੀ ਧੁੱਪੇ ਲੱਗੇ ਰਹਿੰਦੇ ਆ, ਹੈ ਨਾ? ਆਪਾਂ ਤਾਂ ਫਿਰ ਵੀ ਸ਼ਾਮੇ ਹੋ ਜਾਂਦੇ ਹਾਂ। ਸੁਬਹ ਸੁਬਹ ਨਵੀਂ ਖਬਰ ਮਿਲ ਗਈ, ਟਾਈਮ ਚੇਂਜ ਹੋ ਗਿਆ ਭਾਈ, ਟਾਈਮ ਚੇਂਜ ਕਰਤਾ ਮੈਡਮ ਜੀ, 7 ਤੋਂ 12 ਕਰਤਾ, ਥੋੜ੍ਹਾ ਘੱਟ ਕਰ ਦਿੰਦੇ 12 ਵਜੇ, ਵੀ ਐਡਾ ਸੇਕ ਪੈਂਦਾ। ਔਰ ਗੁੰਨੂ ਨੂੰ ਟਿਊਸ਼ਨ ਛੱਡਣ ਜਾਣਾ ਪੈਂਦਾ 12 ਵਜੇ ਤਾਂ, 12 ਵਜੇ ਆਇਆ ਕਰੂਗੀ ਫਿਰ ਮੈਡਮ ਨੇ ਕਹਿੰਦੇ ਕਹਿੰਦੇ ਇੱਕ ਵਾਰੀ ਟਿਊਸ਼ਨ ਪੈ ਜੀ 2 ਵਜੇ। ਮੈਂ ਨਹੀਂ ਜਾਂਦਾ ਛੱਡਣ, ਮੈਂ ਨਹੀਂ ਜਾਂਦਾ, ਆਹੀ ਆ ਹਫ਼ਤਾ ਬਸ ਪੇਪਰ ਹੋ ਜਾਣਗੇ। ਛੋਟੀ ਗੱਡੀ ਹੋਵੇ ਨਾ ਮਿੰਟ 'ਚ ਲੈ ਜਾਈਏ, ਫਿਰ ਤਾਂ ਮੈਂ ਮੋਟਰਸਾਈਕਲ ਕੱਢਾ ਹੀ ਨਾ। ਟਾਈਲਾਂ ਲੱਗ ਗਈਆਂ ਭਾਈ, ਟਾਈਲਾਂ ਲੱਗੀਆਂ ਹਾਫ ਆ ਜੇ। ਲਓ ਜੀ ਸਾਰੀ ਫੈਮਿਲੀ ਬਾਹਰ ਆ ਗਈ, ਸਾਰੇ ਬਾਹਰ ਆ ਗਏ, ਮੈਂ ਬਾਹਰ ਆਇਆ ਸੀ। ਸ਼ਾਮ ਤੱਕ ਰਾਤ ਤੱਕ ਭੇਜਣਗੇ ਸਕੂਲ ਵਾਲੇ, ਕੌਣ ਏਡੀ ਕਾਲੇ ਹੈਗੇ। ਮੀਟਿੰਗ ਕਰਨਗੇ ਫਿਰ, ਤੁਸੀਂ ਦੱਸਿਆ ਗਰਮੀ ਥੋੜੀ ਆ, 44 ਡਿਗਰੀ ਦੁਪਹਿਰੇ। ਗੁੰਨੂ ਨੂੰ ਪੁੱਛੋ, ਦਸ ਵਜੇ ਨੂੰ ਗਰਮੀ ਕਿੰਨੀ ਹੁੰਦੀ? ਗੁੰਨੂ ਹੀਟਰ ਚੱਲਦਾ ਹੁੰਦਾ? ਕਿੱਥੇ ਚੱਲਦਾ ਹੁੰਦਾ? ਮੱਥੇ ਕੋਲੇ ਸੋਡਾ ਲੈ ਕੇ ਆਇਆ, ਪੱਕਾ ਹੋ ਜਾਊਗਾ ਪੂਰਾ। ਕਰ ਦੇਂਗੇ ਬਾਈ, ਕਹਿੰਦਾ ਸ਼ਾਮ ਨੂੰ ਗੱਡੀ ਖੜੀ ਕਰ ਦਿਓ। ਆ ਜਗ੍ਹਾ ਸਾਰੀ ਪਲਸਤਰ ਹੋਊਗੀ, ਉਹ ਪਰਸੋਂ ਚੜਾ ਦਾਂਗੇ, ਕੱਲ੍ਹ ਚੜਾ ਦਾਂਗੇ। ਸੋਡਾ ਇਹ ਸੋਡਾ ਪਾ ਰਹੇ ਆ, ਇਹ ਕਾਹਦੇ ਵਾਸਤੇ ਹੁੰਦਾ ਇਹ? ਉਹ ਲੈਟਰਿੰਗ ਗੜਬੜ ਹੋ ਗਈ, ਉਹ ਫਿਰ ਦੂਸਰੇ ਜਾ ਨਹੀਂ ਪਾਵੇ,
ਕਿਸਕੋ ਪੱਥਰ? ਅੱਛਾ ਜਲਦੀ ਫਰਸ਼ ਪੱਕ ਜਾਂਦਾ? ਓਕੇ ਮੈਂ ਪਤਾ ਨਹੀਂ ਲੈਟਰਿੰਗ ਲੁਟਰਿੰਗ ਕਿੱਧਰ ਵੇਚਾ ਗਈ। ਹਾਂ ਇਹ ਕਹਿੰਦੇ ਜਲਦੀ ਮਜ਼ਬੂਤ ਹੋ ਜਾਂਦਾ ਇਹਦੇ ਨਾਲ, ਫਰਸ਼ ਰੈਡੀ ਜਲਦੀ ਹੋ ਜਾਂਦਾ। 2 ਘੰਟੇ ਹੀ ਲੱਗਦੇ ਆ ਮੇਰੇ ਵੀਰੋ, ਮੈਂ ਤਾਂ ਲੈਟਰਿੰਗ ਲੁਟਰਿੰਗ ਹੋਰ ਹੀ ਕੁਛ ਕਰੀ ਗਿਆ ਬਾਈ, ਤਾਂ ਸਮਝ ਹੀ ਨਹੀਂ ਲੱਗਿਆ, ਮੈਂ ਦਿਮਾਗ ਤੋਂ ਉੱਪਰ ਹੀ ਟੱਪ ਗਿਆ। ਮੈਂ ਕਿਹਾ ਸੁਬਹ ਸੁਬਹ ਗਲਤ ਵਰਡ ਬੋਲਤੇ। ਹਾਂ ਤਾਂ ਹੀ ਕਹਿੰਦਾ ਕੱਲ੍ਹ ਨੂੰ ਗੱਡੀ ਲਾ ਦਿਓ, ਤਵੀ ਤੋਂ ਕਹਿ ਰਹੇ ਅੱਜ ਲਾ ਦਿਓ ਗੱਡੀ, ਹੈ ਨਾ। ਚਲ ਅੱਜ ਮੂਹਰਤ ਕਰ ਦਾਂਗੇ। ਕਿਹੜਾ ਨੁੱਕਰ? ਪਿੱਲਰ ਇੱਥੇ ਲਾ ਦਾਂਗੇ, ਗੱਡੀ ਇੱਥੋਂ ਐਂ ਵੜਦੀ ਹੋ ਜੇ ਬਸ, ਸਿੱਧਾ ਸਾਹਮਣੇ, ਠੀਕ ਹੈ। ਹਾਂ ਹਾਂ ਕਰ ਸਾਬੂ, ਇੱਧਰ ਹੋ ਜਾ, ਚਿੱਟੇ ਪੈ ਜਾਣਗੇ। ਕਿਤਨਾ? ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਸਾਥ ਸਾਡੇ ਕੋਲ ਨੇ ਵਲੌਗ ਦੇ ਨਾਲ, ਕਿਵੇਂ ਸਾਰੇ? ਗਾਇਸ ਸੁਬਹ ਦੇ ਵੱਜ ਚੁੱਕੇ ਨੇ 10 ਅਤੇ ਮੈਂ ਤਾਂ ਉੱਠ ਗਈ ਸੀਗੀ 8 ਵਜੇ, ਅਤੇ ਮੰਮਾ ਹੋਰੀ ਉੱਠਿਆ ਲੇਟ, ਮੈਂ ਨਹਾ ਵੀ ਲਈ, ਮੈਨੂੰ ਦੁਬਾਰਾ ਤੋਂ ਨਵਾਉਣਗੇ। ਪਾਪਾ ਸਾਫ ਕਰ ਰਹੇ ਨੇ ਅੱਜ ਗੱਡੀ ਝੋਟੇ ਨੂੰ, ਸੁੰਦਰ ਰਾਣੀ, ਰਾਣੀ ਸੁੰਦਰਾ ਉਹਦੇ ਡਾਂਟ ਪੀ ਜਾਂਦੀ ਹੈ ਸਾਹਿਬ ਦੇ। ਦੇਖੋ ਟਾਈਮ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ, ਪੂਰੇ ਦਿਨ ਨਵਾਏ ਗਏ। ਮੈਂ 8 ਵਜੇ ਉੱਠ ਗਈ ਸੀਗੀ, ਮੈਂ ਨਹਾ ਵੀ ਲਈ ਸੀਗੀ, ਫਿਰ ਮੈਨੂੰ ਕਹਿੰਦੇ ਕਿ ਤੂੰ ਨਹਾਤੀ ਨਹੀਂ, ਸਿਰ ਧੋਣਾ ਸੀਗਾ ਅੱਜ, ਹੁਣ ਮੈਂ ਸਿਰ ਧੋਊਂਗੀ। ਚੱਲ ਪਰਿਓ, ਓ ਹੋ ਹੋ ਹੋ, ਬਿਸਤਰ ਚੱਕਣ ਦੇ, ਆਏ ਆਏ ਆਏ, ਕਿੱਦਾਂ ਚੱਕ ਚੱਲ ਖੜਾ ਹੋ, ਚੱਕਦੇ ਕੁਲਚੇ ਵਾਲਾ ਜੋ ਪਰੌਂਠੇ ਨੀ ਬਣਾਉਂਦਾ ਸੰਡੇ ਨੂੰ, ਓਹੀ ਲੈਜੰਡ ਕੁਲਚੇ ਵਾਲਾ ਕੀ ਦਿੰਦਾ ਉਹ ਸੰਡੇ ਨੂੰ? ਭਟੂਰਾ ਹੀ ਖਾਣਾ ਇਹਨੇ, ਭਟੂਰਾ ਹੀ ਲਿਆ ਦੇ ਇਹਨੂੰ ਜਾ। ਤਿਆਰ ਹੋ ਗਿਆ ਮੁੰਡਾ ਸਾਡਾ, ਕੁੜਤਾ ਪਜਾਮਾ ਪਾ ਕੇ ਰੈਡੀ ਸ਼ੈਡੀ ਹੋ ਗਿਆ, ਅਸੀਂ ਬੈਠੇ ਹਜੇ, ਅਸੀਂ ਤਾਂ ਅੱਜ ਨਹਾਏ ਵੀ ਨਹੀਂ। ਹਾਏ ਲੇਟ ਲਤੀਫ, ਕਿੰਨੇ ਵਜੇ ਸੁੱਤੀ ਸੀ ਰਾਤ? ਮੈਂ 2 ਵਜੇ ਸੁੱਤੀ ਸੀਗੀ, ਸੋਣਾ ਤੁਸੀਂ? 2 ਵਜੇ ਸੁੱਤੀ ਸੀ, 2 ਵਜੇ ਪਰ ਮੈਂ ਸਿੱਖਣੀ ਨਹੀਂ ਗੀ, ਮੈਂ ਕਿਉਂ ਸਿੱਖਾਂ, ਹੈ ਨਾ ਵੀ ਆਪਦਾ ਕੰਮ ਆਪੇ ਕਰੋ, ਕਰ ਦੇ ਚੱਕੀ ਆ। ਜਾ ਚੱਲ 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 ਸਾਬੂ, ਅੱਜ ਆਪਾਂ ਲੇਟ ਆ, ਚੱਲ ਨਹਾਈਏ ਪੁੱਤ। ਉਹ ਵੇ ਪੁੱਠੀਆਂ ਸਿੱਧੀਆਂ ਸਿੱਟੀਆਂ ਹੁੰਦੀਆਂ, ਖਲਾਰਾ ਪਾ ਕੇ ਟਿਕਾ ਕੇ ਸੋਹਣੀਆਂ ਰੱਖ ਦਿੰਦੇ, ਤਾਂ ਹੀ ਤਾਂ ਟਿਕਦੇ, ਇੱਕ ਲੱਤ ਉੱਧਰ ਨੂੰ, ਇੱਕ ਲੱਤ ਉੱਧਰ ਨੂੰ, ਅੱਗੇ ਜਾਓ ਅੱਗੇ ਇੱਧਰ ਨੂੰ ਆ। ਠੀਕ ਹੈ, ਵਿਹਲੇ ਹੋ ਕੇ ਬਣੂਗੇ, ਮੇਰਾ ਕੰਮ ਬਹੁਤ। ਚਲੋ ਜੀ ਚਲੋ, ਨਿਕਲ ਚੱਲੇ, ਸਵਾਰੀਆਂ ਨਿਕਲ ਚੱਲੀਆਂ। ਪਿਛਲੇ ਹਫ਼ਤੇ ਚਲਾਈ ਸੀ ਆਪਾਂ ਗੱਡੀ, ਕੱਪੜਾ ਮਾਰਤਾ ਸੀ, ਕੱਪੜਾ ਰੋਜ਼ ਮਾਰੀਦਾ ਆਪਾਂ ਹੁਣ, ਅਤੇ ਸਾਬੂ ਇੱਥੇ ਲੈਣ ਚੱਲਦੇ ਹਾਂ।
ਛੋਲੇ ਭਟੂਰੇ ਕੀ ਕਹਿੰਦਾ ਉਹ ਖਾਣੇ ਛੋਲੇ ਪੂਰੀਆਂ ਵਗੈਰਾ। ਮੈਂ ਕਿਹਾ ਗੱਡੀ 'ਤੇ ਚੱਲਦੇ ਹਾਂ, ਮੇਰੇ ਕੁੱਤਾ ਮਾਪਾ ਆ ਗੱਡੀ 'ਤੇ ਚੱਲਦੇ ਹਾਂ, ਟੋਰ ਟੁਰ ਕੱਢ ਕੇ ਲੋ ਖੋਲੋ ਭਾਈ ਹੋਏ ਵੇਟ ਗਏ ਕੈਮਰਾ ਟੇਢਾ ਹੋ ਗਿਆ ਉਹ ਬੱਲੇ ਹੁਣ ਤਾਂ ਗੱਡੀ 'ਚ ਬਹਿਣਾ ਵੀ ਬਹੁਤ ਔਖਾ ਯਾਰ, ਐਡਾ ਸੇਕ ਮਾਰਦਾ ਨਾ ਹੋ ਸਟਾਰਟਿੰਗ ਸਟਾਰਟਿੰਗ 'ਚ ਗੱਡੀ 'ਚ ਬਹਿਣਾ ਔਖਾ। ਆਪਣੀ ਤਾਂ ਗੱਡੀ ਫਿਰ ਧੁੱਪੇ ਖੜੀ ਰਹਿੰਦੀ ਰਹੀ, ਤਾਂ ਛਾਂ ਹੈ ਨਹੀਂ ਗੀ, ਦੈਟਸ ਵਾਈ ਪ੍ਰੋਬਲਮ ਹੈ। ਗਾਣੇ ਚਲਾ ਦਈਏ ਗਾਣੇ ਜੀ। ਕਹਿੰਦੇ ਕਹਿੰਦੇ ਪਹੁੰਚ ਗਏ, ਕਹਿੰਦੇ ਕਹਿੰਦੇ ਪਹੁੰਚ ਗਏ ਸੈਬੂ ਦੇ ਛੋਲੇ ਭਟੂਰਿਆਂ ਕੋਲ ਪਹੁੰਚ ਗਏ ਲਾਲੀ ਸਵੀਟ ਹਾਊਸ, ਲਾਲੀ ਸਵੀਟ ਹਾਊਸ। ਲਓ ਜੀ ਕਹਿੰਦੇ ਆਰਡਰ ਦੇ ਤਾ ਆਪਾਂ, ਭੀੜ ਬਹੁਤ ਆ ਕਹਿੰਦੇ 20 ਮਿੰਟ ਲੱਗਣਗੇ, ਕਹਿੰਦੇ ਬਹੁਤ ਖਾਧੇ ਇਹਨਾਂ ਦੇ ਲਾਲੀ ਵਾਲਿਆਂ ਦੇ ਪੂਰੀਆਂ ਛੋਲੇ। ਟੂਡੇ ਸੰਡੇ, ਸੰਡੇ ਦਾ ਮਾਹੌਲ ਸਾਰੇ ਮੇਰੇ ਖਿਆਲ ਨਾਲ ਛੱਕਦੇ ਆ, ਪੂਰੀਆਂ ਛੋਲੇ ਛੱਕਦੇ ਆ। ਹੋ ਗਿਆ ਬਾਈ ਮੋਟਰਸਾਈਕਲ 'ਤੇ, ਬਸ ਕਹਿੰਦੇ ਵਲੋਗ ਦੇਖਦੇ ਹਾਂ, ਕਹਿੰਦੇ ਤੁਹਾਡਾ ਤਾਂ ਕਮੈਂਟ ਨਹੀਂ ਕੀਤਾ, ਬਟ ਮੈਂ ਜਾਣਦਾ ਨਹੀਂ ਸੀਗਾ, ਬਟ ਉਹ ਮਿਲੇ ਜਦੋਂ ਮੈਨੂੰ ਬੜੇ ਵਧੀਆ ਮਿਲੇ ਆਪਾਂ ਨੂੰ। ਮੈਂ ਕਿਹਾ ਜੀ ਕਮੈਂਟ ਕਰਿਆ ਕਰੋ, ਐਂ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ, ਵੀਡੀਓ 'ਚ ਆਏ ਨਹੀਂ ਉਹ। ਚਲੋ ਥੈਂਕ ਯੂ ਜੀ, ਥੈਂਕ ਯੂ ਇੰਨਾ ਪਿਆਰ ਦੇਣ ਲਈ। ਲਓ ਜੀ ਕਹਿੰਦੇ ਕਹਿੰਦੇ ਪੈਕ ਹੋ ਗਿਆ ਸਮਾਨ, ਕਹਿੰਦੇ ਇਹ ਪੈਕੋ ਪੈਕ ਹੀ ਹੋ ਗਿਆ ਸਮਾਨ, ਸਮਾਨ ਪੈਕੋ ਪੈਕ ਹੀ ਹੋ ਗਿਆ। ਓਏ ਦੇਖੀ ਡਿੱਗਣਾ ਪਿਆ, ਘਰੇ ਜਾਣਾ ਹਜੇ ਆਪਾਂ। ਸੈਬੂ ਦੀ ਜੀਭਾਂ ਨਿਕਲ ਗਈ ਬਾਹਰ, ਸੈਬੂ ਦੀ ਕਹਿੰਦੇ ਜੀਭਾਂ ਬਾਹਰ ਆ ਗਈਆਂ, ਕਹਿੰਦੇ ਕਹਿੰਦੇ ਛੋਲੇ ਭਟੂਰੇ ਦੇਖ ਕੇ ਜੀਭਾਂ ਬਾਹਰ ਆ ਗਈਆਂ ਮੁੰਡੇ ਦੀਆਂ, ਘੈਂਟਾ ਵਾਲੇ। ਸੈਵਨ ਸਟਾਰ ਰੈਸਟੋਰੈਂਟ 'ਚੋਂ ਲੈ ਕੇ ਆਇਆ, ਸੈਵਨ ਸਟਾਰ, ਸੈਵਨ ਸਾਰਿਆਂ ਤੋਂ ਵੱਡਾ ਹੁੰਦਾ, ਇਹੀ ਤਾਂ ਪਤਾ ਨਹੀਂ ਤੁਹਾਨੂੰ, ਉੱਥੇ ਲੈ ਕੇ ਆਇਆ। ਕੋਈ ਮਿਲਿਆ ਸੀਗਾ ਪਤਾ ਨਹੀਂ, ਕਹਿੰਦੇ ਅਸੀਂ ਵਲੌਗ ਦੇਖਦੇ ਪਰ ਕਮੈਂਟ ਨਹੀਂ ਕਰਦੇ ਨਾ, ਹੁਣ ਆਪਾਂ ਕੋਲ ਆਪਾਂ ਦੇਖਦੇ ਹਾਂ ਉਹਨਾਂ ਨੂੰ, ਕੋਈ ਨਹੀਂ ਜਾਣਦਾ ਨਹੀਂ ਸੀ, ਕੋਈ ਨਵਾਂ ਸੀਗਾ। ਕਹਿੰਦੇ ਸੈਬੂ ਤੇ ਗੁੰਨੂ ਦੇ ਪੇਪਰ ਕਿਵੇਂ ਚੱਲਦੇ, ਮੈਂ ਕਿਹਾ ਵਧੀਆ ਚੱਲੀ ਜਾਂਦੇ। ਕਈ ਲੋਕ ਤਾਂ 12 ਵਜੇ ਵਲੌਗ ਦੇਖਦੇ, ਫਿਰ ਉਹਨਾਂ ਨੂੰ ਰਾਤ ਨੂੰ ਭੁੱਖ ਲੱਗੀ ਹੁੰਦੀ ਹੈ ਸਾਡਾ ਵਲੌਗ ਦੇਖ ਕੇ ਜਲੰਧਰ ਵਾਲਿਆਂ ਨੂੰ। ਓ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਸੈਬੂ ਦੇ ਆ ਗਏ ਛੋਲੇ ਭਟੂਰੇ। ਉਹੀ ਹੈ ਸਮਝ ਗਿਆ, ਆਏ ਲੜ ਪੈਂਦੇ ਇਹ, ਤਰੀ ਛੱਡ ਹੀ ਦੇਣੀ ਆ, ਕੱਲੇ ਛੋਲੇ ਖਾਣੇ ਹੁੰਦੇ ਆ, ਤੂੰ ਪੁੱਛ ਲੋ ਪਾਪਾ ਨੂੰ।
ਆਏ ਜੀਬਾ ਬਾਹਰ ਆ ਗਿਆ, ਜੀਬਾ ਬਾਹਰ ਆ ਗਿਆ, ਜੀਬਾ ਬਾਹਰ ਆ ਗਿਆ ਮੁੰਡੇ ਦੀਆਂ। ਲਓ ਜੀ ਕਹਿੰਦੇ ਕਹਿੰਦੇ ਪੂਰੀਆਂ ਛੋਲੇ ਅਸੀਂ ਤਾਂ ਛਕਲੇ, ਤੁਹਾਡਾ ਸੈਬੂ ਖਾਈ ਜਾਂਦਾ ਕਹਿੰਦਾ ਬੈਠਾ। ਕਿਵੇਂ ਲੱਗੇ? ਪਹਿਲਾਂ ਪਹਿਲਾਂ ਹੀ ਰੌਲਾ ਪਾ ਦਿੰਦਾ, ਮੈਂ ਨਹੀਂ ਖਾਂਦਾ ਮੈਂ ਨਹੀਂ ਖਾਂਦਾ। ਫਿਰ ਕਿੰਨੇ ਖਾ ਗਿਆ? ਚਾਰ ਖਾ ਗਿਆ। ਥੂ 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 ਨਜ਼ਰ ਨਾ ਲੱਗੇ, ਨਜ਼ਰ ਨਾ ਲਾਇਓ, ਥੂ ਨਜ਼ਰ ਨਾ ਲਗਾਓ। ਦੱਸੀ ਦਾ ਤੁਹਾਡਾ ਹੁੰਦਾ? ਹਾਂ ਗਿੰਦੇ ਵੀ ਨਹੀਂ ਹੁੰਦੇ, ਦੱਸੀ ਦਾ ਵੀ ਨਹੀਂ ਹੁੰਦਾ। ਪਿਆਜ਼ ਸੈਬੂ ਦੇ, ਪਿਆਜ਼ ਕਹਿੰਦਾ ਪਿਆਜ਼ ਖਾਣੇ ਆ ਮੈਂ ਨਾਲ। ਪਿਆਜ਼ ਇਹਨਾਂ ਨੇ ਵੀ ਦਿੱਤੇ ਸੀਗੇ, ਇਹ ਮਸਾਲਾ ਜਿਹਾ ਪਾਇਆ ਹੋਇਆ ਸੀ, ਕਹਿੰਦਾ ਸਿੰਪਲ ਪਿਆਜ਼ ਖਾਊਂਗਾ। ਉਹ ਚੱਕੋ ਹੁਣ ਇੱਕ ਬੁਰਕੀ ਮੂੰਹ 'ਚ ਜਾਊਗੀ ਪੂਰੀ ਦੀ, ਅਤੇ ਪਿਆਜ਼ ਵੀ ਉੱਪਰ ਰੱਖੂਗਾ। ਹਾਂ ਐਂ ਖਾਂਦਾ ਮਜ਼ੇ ਨਾਲ। ਇਹ ਤਾਂ ਚੱਕ ਮੂੰਹ 'ਚ ਗਿਆ, ਪਿਆਜ਼ ਬਾਹਰ ਰਹਿ ਗਿਆ ਤੇਰਾ, ਪਿਆਜ਼ ਬਾਹਰ ਰਹਿ ਗਿਆ। ਉੱਧਰੋਂ ਮੈਡਮ ਤੋਂ ਆਪਾਂ ਬਣਵਾ ਲਈ ਲੱਸੀ, ਐਂ ਲੱਸੀ ਪੀਵਾਂਗੇ ਮਿੱਤਰੋਂ, ਲੱਸੀ ਪੀਵਾਂਗੇ ਮੇਰੇ ਵੀਰੋਂ, ਲੱਸੀ ਨਾਲ ਪੀਤੀ ਜਾਊਗੀ, ਲੱਸੀ ਲੱਸੀ ਲੱਸੀ। ਸਬਜ਼ੀ ਨਹੀਂ ਪਾਈ? ਪਾਈ ਸੀ, ਭਰ ਗਿਆ ਡੇਢ, ਅਜੇ ਵੀ ਨਹੀਂ ਭਰਿਆ। ਲੱਸੀ ਆ ਜੀ, ਲੱਸੀ ਲੱਸੀ ਆ ਜੀ, ਲੱਸੀ ਸਾਡਾ ਦੇਸੀ ਕੋਕ। ਹਾਂਜੀ ਦੱਸੋ ਬਾਈਕ ਤਾਂ ਹੋਣਾ ਤੁਹਾਨੂੰ। ਓਕੇ ਮੰਮਾ, ਮੰਮਾ ਕੀ ਲਿਖਦੇ ਹੋ? ਹਿਸਾਬ ਕਿਤਾਬ ਮਿਸਤਰੀਆਂ ਦਾ। ਕੀ ਲਿਖਦੇ ਮਿਸਤਰੀ ਦਾ? 10,000 ਰੁਪਇਆ ਹੋ ਗਿਆ ਮਿਸਤਰੀਆਂ ਦਾ। 10,000 ਰੁਪਇਆ ਬਸ। ਕੁੰਡੂ ਨੇ ਆਪਦੇ ਵਾਲ ਖਰਾਰ ਲਏ ਸੀਗੇ, ਮੰਮੀ ਦੇ ਵਾਲ ਤੇ ਸੀਗੇ, ਹੁਣ ਮੰਮੀ ਫੇਰ ਵਾਲ ਰਹੇ ਦੁਬਾਰਾ। ਤੋ ਮੰਮਾ ਕਹਿੰਦੇ ਗੱਡੀ ਦੇ ਜਾਲੇ ਕੁੰਡੂ ਪਾਈ ਜਾਂਦੀ ਸੀਗੀ, ਫਿਰ ਰੋਜ਼ ਪਾ ਕੇ ਜਾਂਦੀ, ਫਿਰ ਉਹਨੇ ਖਿੱਚ ਕੇ ਕੱਢਿਆ ਉਹਨੂੰ ਵਾਲ ਖਿਲਰ ਰਹੇ ਦੇ। ਕੀ ਪਾਈ ਆ ਪਾ ਕੇ ਜਾਂਦੀ ਰੋਜ਼? ਗੁੰਨੂ ਫੇਸ ਕਵਰ ਕਰਕੇ ਜਾਂਦੀ ਆ ਧੁੱਪ ਤੋਂ, ਤਾਂ ਗੁੰਨੂ ਨੇ ਉਹਦੇ ਨਾਲ ਫੇਸ ਬੰਨ ਲਿਆ ਸੀਗਾ। ਹੈਲੋ ਕੱਟ ਦੋ ਬਾਈ, ਫੋਨ ਆ ਗਿਆ ਫੋਨ। ਫਿਰ ਮੈਂ ਕਹਿੰਦੇ ਤੱਤੀ ਤੱਤੀ ਧੁੱਪ, ਗਰਮਾ ਗਰਮੀ ਧੁੱਪ, ਨਿਕਲ ਚੱਲੇ ਆਪਾਂ ਗੁੰਨੂ ਨੂੰ ਛੱਡਣ ਝੋਟੇ 'ਤੇ, ਸੁੰਦਰਾ ਰਾਣੀ 'ਤੇ। ਇਹ ਰਾਣੀ ਸੁੰਦਰਾ ਝੋਟਾ ਸਾਰਾ ਕੁਛ ਹੀ ਆਪਣੀ, ਇਹ ਬਲੈਕ ਬਲੈਕ ਪੈਂਥਰ ਵੀ ਹੈ, ਇਹ ਨਾਮ ਤਾਂ ਵਾਧੂ ਆ ਸਾਡੇ ਕੋਲ। ਹਾਂ ਹਾਂ ਓਏ ਇੰਨਾ ਸੇਕ ਟੂਡੇ ਸੰਡੇ, ਕਿਉਂਕਿ ਅੱਜ ਜ਼ਿਆਦਾ ਭੀੜ ਨਹੀਂ ਹੋਊਗੀ ਬਾਜ਼ਾਰ 'ਚ। ਅਤੇ ਗੁੰਨੂ ਦੀਦੀ ਕਹਿੰਦੀ ਮੈਨੂੰ ਗੱਡੀ 'ਤੇ ਛੱਡ ਕੇ ਆਓ। ਜੈ ਮਾਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੀ ਪਾਪਾ ਨੇ ਅੱਜ ਵਾਚ ਨਹੀਂ ਪਾਉਣੀ। ਗੁੰਨੂ ਕਹਿੰਦੀ ਮੈਂ ਕਿਹਾ ਅੱਜ ਤੇਰਾ ਪਾਪਾ ਕੁੜਤਾ ਪਜਾਮਾ ਪਾ ਕੇ ਟੌਹਰ ਕੱਢੀ ਫਿਰਦਾ। ਗਾਣਾ ਆਉਂਦਾ ਨਾ, ਕੁੜਤਾ ਪਜਾਮਾ ਉੱਤੇ ਜੈਕਟਾਂ ਨੇ ਕਿਹਾ ਮੂੰਹ ਅੱਗੇ, ਮੈਨੂੰ ਆਉਂਦਾ ਨਹੀਂ, ਮੈਂ ਭੁੱਲ ਗਿਆ। ਹਾਏ ਤੁਰ ਕੇ ਜਾਵੜੋ, ਤੁਰ ਕੇ ਜਾਵੜੋ, ਤੁਰ ਕੇ ਗੱਡੀ 'ਚ ਵੀ ਨਹੀਂ ਬੈਠਾ ਜਾਂਦਾ ਭਾਈ, ਇੰਨੀ ਗਰਮੀ ਇੰਨੀ ਮੱਚ ਗਏ ਬੰਦਾ। ਲਓ ਜੀ ਸਾਡੀਆਂ ਟਾਈਲਾਂ ਲੱਗ ਗਈਆਂ, ਟਾਈਲਾਂ ਲੱਗ ਗਈਆਂ। ਸਾਹਿਬ ਨਾ ਆ ਜਾ ਪੁੱਤ, ਗਰਮ ਹੈ ਵੀ ਗੱਡੀ, ਗਰਮ ਹੈ ਗਾੜੀ, ਗਰਮ ਹੈ ਗਰਮ। ਗਾੜੀ ਕੋ ਠੰਡਾ ਕਰੋ ਔਰ ਫਿਰ ਬੈਠੋ। ਚੱਪਲਾਂ ਦੇ ਦੋਸ਼
ਇੱਧਰ ਗਾਣੇ ਚੱਲਣ ਲੱਗ ਗਏ ਗੱਡੀ 'ਚ, ਉੱਧਰ ਦੇਖ ਲਓ ਕੀ ਕਰੀ ਜਾਂਦੀਆਂ ਦੋਵੇਂ ਮਾਵਾਂ ਧੀਆਂ। ਕਹਿੰਦੇ ਅਸੀਂ ਰੀਲ ਬਣਾਉਂਦੇ ਹਾਂ, ਰੀਲ ਸਾਹਿਬੂ ਬੈਠਾ ਕੋਲੇ ਦੇਖਿਓ ਸਾਹਿਬ। ਉਹ ਪ੍ਰੈਸ ਵਾਲੇ ਨੂੰ ਦੇ ਦਿਓ ਜਾਂਦੇ ਕੱਪੜੇ ਰਹਿ ਗਏ ਸੀ ਭਾਈ ਸਾਡੇ, ਰਾਤ ਅਸੀਂ ਫੰਕਸ਼ਨ 'ਤੇ ਸੀਗੇ ਨਾ ਸੈਲੀਬ੍ਰੇਸ਼ਨ 'ਤੇ, ਤਾਂ ਕਰਕੇ ਉਹ ਪ੍ਰੈਸ ਵਾਲਾ ਮੁੜ ਗਿਆ ਹੋਣਾ ਪਿੱਛੋਂ ਆ ਕੇ, ਤਾਂ ਕਰਕੇ ਮੈਂ ਕਿਹਾ ਉਹਨੂੰ ਫੜਾ ਜਾਓ, ਉਹਨਾਂ ਦੇ ਡਰੈਸਿਸ ਵੀ ਆ ਉਹਦੇ ਵਿੱਚ, ਅੱਜ ਬੰਨ ਦਿੰਦੇ ਹੁੰਦੇ ਸੈਚਰਡੇ ਨੂੰ, ਸ਼ਾਮ ਨੂੰ ਦੇ ਜੂਗਾ। ਬਾਏ ਬਾਏ ਗਏ ਜੀ ਸਾਡੇ ਘਰ ਦੇ ਦੋ ਮੈਂਬਰ। ਕਿਵੇਂ ਬਾਏ ਕਰਦੀ ਆ? ਬਾਏ ਕਰਦੀ ਆ। ਕੀ ਕਹਿੰਦਾ ਸੀ? ਧਨੀਆ ਨਹੀਂ ਗਾ ਇਹ। ਦੋ ਜੀ ਦੋ ਪਾਣੀ ਜੀ ਸਾਹਿਬ ਜੀ, ਫਰਿੱਜ ਚੋਂ ਗੜਵੀ ਕੱਢ ਲਿਆ ਜਿਹੜੀ ਆਪਾਂ ਲਾਈ ਹੋਈ ਇਹਨਾਂ ਦੀ। ਧਿਆਨ ਨਾਲ ਪਾਣੀ ਨਾ ਡੁੱਲ ਜਾਓ। ਮਾਤਾ ਜੀ ਅੱਜ ਰੈਸਟ ਕਰ ਰਹੇ ਹੈ, ਕਿ ਮੰਮੀ ਆਉਂਦੀ ਹੈ ਨਾ ਫਿਰ ਮੰਮੀ ਨੂੰ ਗੈਰ ਵਾਰ ਕਹਿ ਦਿੰਦੇ ਚਾਹ ਬਣਾ ਦਿਓ ਆਂਟੀ, ਆਹ ਵਾਲਾ ਜਿਹੜਾ ਉਰੇ ਜਿਹੜਾ ਬੱਠਲ ਚੱਕ ਕੇ ਖੜਾ ਨਾ ਬਈਆ, ਇਹ ਚਾਹ ਦਾ ਬਹੁਤ ਸ਼ੌਕੀਨ ਆ, ਸੈਬੂ ਪਾਣੀ ਲੈ ਕੇ ਆਇਆ। ਆਹ ਵਾਲੀ ਗੜ ਵਿੱਚ ਪਾ ਦੇ ਗੱਡੀਆਂ ਵਾਲੇ, ਕਿੱਧਰ ਕਿੱਧਰ ਘੁੰਮਦੇ ਰਹਿੰਦੇ। ਆਹ ਅੰਦਰ ਹੀ ਰੱਖਿਆ ਪੁੱਤ ਫਰਿੱਜ 'ਚ, ਬਹੁਤ ਕੰਮ ਕਰਦਾ ਮੇਰਾ ਮੁੰਡਾ। ਇਹ ਬਈਏ ਦੀ ਗੱਲ ਚੱਲ ਰਹੀ ਸੀ ਨਾ, ਇਹਨੂੰ ਚਾਹ ਦਾ ਬਾਹਲਾ ਸ਼ੌਕੀਨ ਆ, ਕਹਿੰਦਾ ਮੈਂ ਇੱਕੋ ਰੋਟੀ ਚਾਹੇ ਨਾ ਮਿਲੇ ਪਰ ਮੇਰੇ ਕੋਲ ਚਾਹ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਮਿਲਦੀ ਰਹੇ, ਚਾਹੇ ਅੱਛੀ ਲੱਗਦੀ ਹੈ ਇਸਕੋ। ਤਾਂ ਫਿਰ ਇਹ ਮੈਨੂੰ ਨਹੀਂ ਮੰਮੀ ਨੂੰ ਕਹਿੰਦੇ ਆ ਬਾਰ ਬਾਰ ਕਿ ਆਂਟੀ ਚਾਹ ਬਣਾ ਦਿਓ। ਚੱਲੀਏ ਹੁਣ ਅੰਦਰ, ਹੁਣ ਬਹੁਤ ਧੁੱਪ ਆਉਣ ਵਾਲੀ ਹੈ ਇੱਥੇ। ਪਾਪਾ ਡਾਂਟਣਗੇ, ਕਹਿਣਗੇ ਬਾਹਰ ਬੈਠੇ ਹਾਂ ਗਲੀ 'ਚ ਨਿਕਲ ਕੇ, ਦੁਪਹਿਰੇ ਸੀ ਫਿਰ ਅੰਦਰ ਨਹੀਂ ਬੈਠੇ ਹੁੰਦਾ। ਅੱਛਾ ਜੀ ਦੇਖ ਲਓ, ਕਹਿੰਦੇ ਜਦੋਂ ਪਾਪਾ ਦਾ ਆਉਣ ਦਾ ਟਾਈਮ ਹੋਊਗਾ ਉਦੋਂ ਆਪਾਂ ਅੰਦਰ ਵੜ ਜਾਵਾਂਗੇ। ਬੱਚੇ ਜਾ ਰਹੇ ਆ ਤਿਆਰ ਹੋ ਕੇ ਕਿਤੇ ਸਕੂਲ 'ਚ ਫੰਕਸ਼ਨ, ਕਿਤੇ ਸਕੂਲ 'ਚ ਫੰਕਸ਼ਨ ਹੋਇਆ ਹੋਣਾ, ਜਾਂ ਤਾਂ ਅੱਜ ਸੰਡੇ ਨੂੰ ਕਿਤੇ ਕੰਪੀਟੀਸ਼ਨ ਵਗੈਰਾ ਹੋਣਾ ਉਹਨੂੰ, ਉੱਥੋਂ ਆਏ ਹੋਣੇ ਆ। ਚਲੋ ਜੀ ਚਲੋ, ਵਧੀਆ ਗੱਲ ਆ, ਮਿਹਨਤ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਆ ਬੱਚੇ, ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਆ ਬੱਚੇ, ਜਿਵੇਂ ਆਪਣੀ ਗੁਰੂ ਜੁੜੀ ਹੋਈ ਆ ਉਵੇਂ ਜੁੜੇ ਹੋਏ ਆ। ਬਾਏ। ਚਲੋ ਜੀ ਪਹੁੰਚ ਗਏ ਗੁੰਨੂ ਨੂੰ ਛੱਡਣ ਵਾਸਤੇ। ਕਿਆ ਬਾਤ ਹੈ ਜੀ, ਤੇ ਬਾਤ ਹੈ, ਧੁੱਪਾ ਧੁੱਪੀ ਹੋਈ ਪਈ ਆ ਬਾਹਲੀ, ਇੱਕ ਵਰਡ ਹੀ ਨਿਕਲਦਾ ਕਿਉਂਕਿ ਗਰਮੀ ਬਹੁਤ ਹੈ, ਇੱਕ ਵਰਡ ਹੀ ਨਿਕਲੂਗਾ, ਹੋਰ ਕੁਛ ਤਾਂ ਬੋਲਣਾ ਹੀ ਨਹੀਂ ਜਾਂਦਾ ਧੁੱਪ ਕਾਰਨ। ਨੱਪਦੇ ਬਾਏ, ਜਲਦੀ ਜਲਦੀ ਪੜ੍ਹ ਕੇ ਆ ਜੀ, ਸੋਹਣਾ ਸੋਹਣਾ, ਜਿਹੜਾ ਨਹੀਂ ਸਮਝ ਆਉਂਦਾ ਮੈਡਮ ਤੋਂ ਪੁੱਛ ਲਈ ਦੁਬਾਰਾ, ਭੁੱਖ ਲੱਗੀ ਤਾਂ ਮੈਡਮ ਕਿਹਾ ਖਵਾ ਦਿਉ, 5 ਰੁਪਏ ਹੈਗੇ ਨਾ ਕੁਛ ਖਾ ਲਏ, ਇੰਨੇ ਬਣਾ ਲਏ। ਚੱਲ ਚੱਲ ਜਲਦੀ ਜਾ। ਚੰਗਾ ਬਾਏ ਭਾਜ, ਬਾਏ 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 ਬਾਏ, ਸ਼ਾਮ ਨੂੰ ਮਿਲੂਗੀ ਭਾਈ, ਹੁਣ ਆਪਾਂ ਨੂੰ 12:30 ਹੋ ਗਏ, 12 ਤੁਰੇ ਸੀਗੇ ਅਤੇ ਹੁਣ ਆਪਾਂ ਨੂੰ ਮਿਲੂਗੀ ਸ਼ਾਮ ਨੂੰ, ਦੇਖਦੇ ਕਿੰਨੇ ਵਜੇ, 5 ਵਜੇ।
ਲਓ ਜੀ ਕਹਿੰਦੇ ਕੌਣ ਖੜਾ ਕਹਿੰਦੇ ਕ੍ਰਿਜ਼ਮਾ ਖੜਾ ਮੋਟਰਸਾਈਕਲ ਮੇਰਾ ਪਹਿਲਾ ਮੋਟਰਸਾਈਕਲ ਸੀਗਾ ਇਹ ਬਠਿੰਡੇ 'ਚ ਪਹਿਲਾਂ ਮੇਰੇ ਕੋਲ ਹੀ ਹੁੰਦਾ ਸੀਗਾ ਇਹ ਮੋਟਰਸਾਈਕਲ ਅਤੇ ਆਹ ਸਲੂਨ ਆਪਣਾ ਖੁੱਲ੍ਹ ਗਿਆ ਨਵਾਂ ਸ਼ਾਮ ਨੂੰ ਦਿਖਾਊਂਗਾ ਗੱਲਾਂ ਮਾਤਾਂ ਮਾਰਦਿਆਂ ਨੂੰ 2 ਘੰਟੇ ਹੋ ਗਏ ਬੈਠਿਆਂ ਨੂੰ ਇੱਥੇ ਅਤੇ ਹੁਣ ਘਰ ਚੱਲਦੇ ਹਾਂ ਸਲੂਨ ਦਾ ਆਪਣਾ ਆਪਣਾ ਹੋ ਗਿਆ ਅਤੇ ਸ਼ਾਮ ਨੂੰ ਤੁਹਾਨੂੰ ਦੱਸਾਂਗੇ ਸਾਰਾ ਅਤੇ ਬਾਈਕ ਬਠਿੰਡੇ 'ਚ ਕੱਲ੍ਹੀ ਮੇਰੇ ਕੋਲ ਹੁੰਦੀ ਸੀ ਇਹ ਕ੍ਰਿਜ਼ਮਾ ਬਹੁਤ ਸੋਹਣਾ ਮੋਟਰਸਾਈਕਲ ਸੀ ਇਹ ਬਟ ਹੁਣ ਆਪਾਂ ਜਲਦੀ ਜਲਦੀ ਇੱਕ ਨਵੀਂ ਖੁਸ਼ਖਬਰੀ ਦੇਵਾਂਗੇ ਬਹੁਤ ਜਲਦ ਲਓ ਜੀ ਅੱਜ ਫਿਰ ਇੱਕ ਹੋਰ ਟਰੈਕਟਰ ਦੀ ਪਹੁੰਚ ਗਏ ਆ ਟਰੈਕਟਰ ਦੀ ਅਸੀਂ ਤਾਂ ਸੋਚਦੇ ਸੀ ਬਸ ਥੋੜ੍ਹਾ ਜਿਹਾ ਹੀ ਕੰਮ ਆ ਥੋੜ੍ਹਾ ਜਿਹਾ ਹੀ 10 ਦਿਨ ਹੋ ਜਾਣੇ ਮੈਨੂੰ ਲੱਗਦਾ ਮਿਸਤਰੀ ਨੂੰ ਅੱਜ 8ਵਾਂ ਦੇਣਾ ਚੱਕੀ ਆਉਂਦੇ ਆ ਫੱਟੇ ਚੱਕੀ ਆਉਂਦੇ ਚੱਕੀ ਆਉਂਦੇ ਬਿੱਲ ਤਾਂ ਬਿੱਲ ਮਿਲ ਗਿਆ ਜਨਾਬ ਜੀ ਨੂੰ ਬਿੱਲ ਪੈਸੇ ਤਾਂ ਪੈਸੇ ਖਰਚਾ ਤਾਂ ਖਰਚਾ ਕੀ ਕੀਤਾ ਜਾਵੇ ਭਾਈ ਦੱਸੋ ਕੀ ਕੀਤਾ ਜਾਵੇ ਚੱਕ ਡਾਤੀ ਮਿੱਟੀ ਡਾਤੀ ਬੇਟਾ ਡਾਤਾ ਸਭ ਸਾਰਾ ਦੇਖ ਅੱਛਾ ਜਾਣਾ ਗੁੰਨੂੰ ਲੈਣ ਫਿਰ ਸ਼ਾਮ ਨੂੰ ਬੈਠਾਂਗੇ ਧੁੱਪ ਬਹੁਤ ਆ ਜਾਂ ਬਹਿ ਜਾ ਫਿਰ ਇਕੱਲਾ ਆਪਣੇ ਘਾਹ 'ਤੇ ਬਹਿ ਜਾ ਘਾਹ 'ਤੇ ਛਾਂ ਉੱਥੇ ਬਹਿ ਜਾ ਦਾਦੀ ਬੈਠਣ ਲੱਗੀ ਹੈ ਬਹਿ ਜਾ ਦਾਦੀ ਨਾਲ ਬਹਿ ਜਾ ਦਾਦੀ ਬੈਠਣ ਲੱਗੀ ਹੈ ਦਾਦੀ ਨੂੰ ਬਿਠਾ ਲਾ ਨਾਲ ਬੈਠੋਗੇ ਦਾਦੀ ਨਾਲ ਬਹਿ ਜਾ ਉਹ ਬੁਲਾਉਂਦੀ ਆ ਸੁਖਜੀਤ ਗੱਲ ਕਰ ਲਓ ਕਿੱਥੇ ਜਾਣਾ ਕਿੱਥੇ ਗੁੰਨੂੰ ਲੈਣ ਚੱਲ ਜਾਂਦਾ ਸਾਬੂ ਹੈ ਟ੍ਰੇਨ ਜਾਂਦੀ ਸਾਬੂ ਕਹਿੰਦਾ ਟ੍ਰੇਨ ਜਾਂਦੀ ਭਾਈ ਓਏ ਟ੍ਰੇਨ ਜਾਂਦੀ ਹੈ ਸਾਬੂ ਵੀ ਮੇਰੇ ਪੁੱਲ ਦੇ ਉੱਪਰ ਚੜ੍ਹੀਏ ਸਾਬੂ ਕਹਿੰਦਾ ਪੁੱਲ ਦੇ ਉੱਪਰ ਚੜ੍ਹ ਜਾਓ ਭਾਈ ਪਰੇ ਹੋ ਜਾਓ ਅਸੀਂ ਚੜ੍ਹਨਾ ਅੱਗਾ ਕਹਿੰਦੇ ਕੌਣ ਚੜ੍ਹਨਾ ਕਹਿੰਦੇ ਕਾਰ ਨਹੀਂ ਚੜ੍ਹਨਾ ਕਾਰ ਨਹੀਂ ਰਾਣੀ ਸੁੰਦਰਾਂ ਨੇ ਚੜ੍ਹਨਾ ਹੈ ਨਾ ਸਾਬੂ ਰਾਣੀ ਸੁੰਦਰਾਂ ਝੋਟੇ ਨੇ ਚੜ੍ਹਨਾ ਸਾਬੂ ਦੇ ਨੇ ਕਿੱਥੇ ਗਈ ਟ੍ਰੇਨ ਪਹਿਲਾਂ ਤਾਂ ਹੈਗੀ ਆ ਟ੍ਰੇਨਾਂ ਖੜੀਆਂ ਅੱਗੇ ਤਾਂ ਨਹੀਂ ਦਿੰਦੀ ਟ੍ਰੇਨ ਜਾਈ ਮਾਲ ਗੱਡੀ ਜਾ ਰਹੀ ਆ ਮਾਲ ਗੱਡੀ ਦਿਖੂਗੀ ਉਹ ਜਾਂਦੀ ਭਾਈ ਓਏ ਦੇਖ ਲਓ ਭਾਈ ਆਪੇ ਮੈਂ ਡਰਾਈਵ ਕਰ ਰਿਹਾ ਦੇਖ ਗਈ ਸਾਬੂ ਦੇਖ ਗਈ ਲਓ ਜੀ ਗਰਮੀ ਦੇ ਮੱਦੇਨਜ਼ਰ ਅੱਜ ਇੱਧਰ ਗੰਨੇ ਦੇ ਜੂਸ 'ਤੇ ਵੀ ਬਹੁਤ ਭੀੜ ਹੁੰਦੀ ਹੈ ਅਤੇ ਇੱਥੇ ਨਾ ਨਵਾਂ ਆ ਗਏ ਜਿਹੜੀ ਸਿਰਦਾ ਆਈ ਆਪਾਂ ਸਾਬੂ ਗੁੰਨੂੰ ਉਹਨਾਂ ਨੂੰ ਪਿਆਏ ਸੀ ਨਾ ਪੇਸਰੀ 'ਚ ਉਹ ਬਾਈ ਉਹਨਾਂ ਨੇ ਇੱਥੇ ਵੀ ਖੋਲ੍ਹ ਲਈ ਸੁਬਾਹ ਖੋਲ੍ਹੀ ਸੀਗੀ ਅਤੇ ਕੱਲ੍ਹ ਤਾਂ ਹੈ ਨਹੀਂ ਸੀ ਅੱਜ ਹੀ ਆਏ ਉਹਨੇ ਅਤੇ ਇੱਥੇ ਵੀ ਭੀੜ ਦੇਖ ਲਓ ਕਿੰਨੀ ਆ ਸੁਬਾਹ ਵੀ ਬਹੁਤ ਜਾਣੇ ਖੜ੍ਹੇ ਸੀ ਇੱਥੇ ਸੁਬਾਹ ਮੇਰੇ ਕਹਿੰਦਾ 10-15 ਜਾਣੇ ਖੜ੍ਹੇ ਹੋਣੇ ਇੱਥੇ ਅਤੇ ਹੁਣ ਵੀ ਭੀੜ ਆ ਬਹੁਤ ਇਹ ਹੋਰ ਕੋਈ ਆ ਪੁੱਤ ਉਹਨਾਂ ਨੇ ਇੰਨੀ ਹੋਰ ਕਿਸੇ ਨੇ ਖੋਲ੍ਹੀ ਹੈ ਮੀਨਸ ਇੱਧਰਲੇ ਪਾਸੇ ਵੀ ਸਰਦਾਈ ਦੇ ਸ਼ੌਂਕੀ ਬਾਹਲੇ ਆ ਗਏ ਮੀਨ ਸਾਰੇ ਹੁਣ ਪੀਂਦੇ ਆ ਇਹ ਠੰਡ 'ਚ ਵਧੀਆ ਪੀਤੀ ਜਾਂਦੀ ਹੈ ਨਾ ਸਾਬੇ ਗਰਮੀ 'ਚ ਸੋਰੀ ਥੈਂਕ ਯੂ ਮਾਈ ਸਨ ਤੁਸੀਂ ਮੇਰਾ ਸਹੀ ਕਰਵਾਇਆ ਆਂਸਰ ਗਰਮੀ 'ਚ ਪੀਤੀ ਜਾਂਦੀ ਹੈ ਮੇਰੇ ਮੂੰਹ 'ਚੋਂ ਗਲਤ ਨਿਕਲ ਗਿਆ ਸੀਗਾ ਕਹਿੰਦੇ ਸਰਦੀ ਨਿਕਲ ਗਈ ਮੂੰਹ 'ਚੋਂ ਕਹਿੰਦੇ ਚਾਬੂ ਛੱਡਦੀ ਨਿਕਲ ਗਈ ਜੀ ਛੱਡਦੀ ਸਾਬੂ ਨੂੰ ਮੈਂ ਇੱਧਰ ਭੇਜਿਆ ਅਤੇ ਗੁੰਨੂੰ ਇੱਧਰ ਦੀ ਆ ਗਈ ਸਾਬੂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਜੀ ਬਹਿ ਜਾ ਦੋਵੇਂ ਬਹਿ ਜਾ ਤਿੰਨ ਉਹ ਗੁੰਨੂੰ ਕਿਹੜੇ ਆ ਲਿਫਟ 'ਚ ਆਈ ਹੈ ਆ ਜਾ ਮੂਹਰੇ ਆ ਜਾ ਮੂਹਰੇ ਬਹਿ ਜਾ ਚੱਲ ਗੁੰਨੂੰ ਪਿੱਛੇ ਪਿੱਛੇ ਚੱਲ ਲਓ ਜੀ ਕਹਿੰਦੇ ਗੁੰਨੂੰ ਰਾਣੀ ਆਪਦੇ ਘਰੇ ਆ ਗਈ ਗੁੰਨੂੰ ਰਾਣੀ ਸਾਡੀ ਘਰੇ ਆ ਗਈ ਭਾਈ ਓਏ ਗਰਮ ਹਵਾ ਚੱਲੀ ਜਾਂਦੀ ਹੈ ਹੈਨਾ ਹੂੰ
ਚਲੋ ਜੀ ਚਲੋ ਸਾਹਿਬ ਗੁਰੂ ਸਾਹਿਬ ਦੀ ਛਾਲ ਲੱਗ ਗਈ ਸਾਹਿਬ ਹਨਾ ਰੀਲ ਵਾਂਗੂ ਅੱਗੇ ਆ ਜਾਣਾ ਸੀ ਤੂੰ ਹੁਣ ਮੈਂ ਬ੍ਰੇਕ ਮਾਰਤੀ ਅਗਲੀ ਸੀਟ ਤੇ ਆ ਗਿਆ ਬੁੜ ਕੇ ਸਾਹਿਬ ਹਾਊ ਆਰ ਯੂ ਆਈ ਐਮ ਫਾਈਨ ਗੁੱਡ ਥੈਂਕ ਯੂ ਗੁੱਡ ਥੈਂਕ ਯੂ ਕਾਹਦਾ ਵਾਸਤੇ ਥੈਂਕ ਯੂ ਘਰੇ ਆ ਗਈ ਬਸ ਅੱਛਾ ਥੈਂਕ ਯੂ ਕਰਨਾ ਚਾਹੀਦਾ ਕਿਹਦਾ ਕਿਵੇਂ ਕਿਹਦਾ ਕਰਨਾ ਕਿਹਦਾ ਕਰਨਾ ਚਾਹੀਦਾ ਫੁੱਲ ਟੈਂਕ ਕਿਹਦਾ ਥੈਂਕ ਯੂ ਕਰਨਾ ਚਾਹੀਦਾ ਮੈਮ ਦਾ ਮੈਡਮ ਦਾ ਥੈਂਕ ਯੂ ਮੈਮ ਨੇ ਪੇਪਰ ਦੀ ਤਿਆਰੀ ਕਰਾਈ ਪਾਪਾ ਦਾ ਥੈਂਕ ਯੂ ਛੱਡ ਕੇ ਆਏ ਲੈ ਕੇ ਆਏ ਸ਼ੁਕਰ ਹੈ ਸਾਡੀ ਤਰੀਫ ਹੋਈ ਆਪਦੇ ਆਪ ਤਾਂ ਕਰਦੀ ਨਹੀਂ ਕਦੇ ਹਾਂ ਗਾਇਸ ਦੱਸਿਓ ਮੈਂ ਕਦੇ ਤਰੀਫ ਨਹੀਂ ਕਰਦੀ ਕਿਹੜੇ ਵਲੌਗ ਚ ਕੀਤੀ ਸਭ ਨੂੰ ਪਤਾ ਹੁਣ ਉਹਨੂੰ ਕੇ ਬਾਹਰ ਬੈਠਣ ਦਾ ਟਾਈਮ ਹੋ ਚੱਲਿਆ ਗਿਆ ਲਾ ਕੇ ਲਿਆਉਣ ਕਰ ਵੀ ਬਾਹਰ ਬੈਠਣ ਦਾ ਟਾਈਮ ਉਹ ਤਾਂ ਕਹੀਂ ਦਾ ਬਾਹਰ ਨਹੀਂ ਜਾਂਦੇ ਬਾਹਰ ਨਹੀਂ ਜਾਂਦੇ ਓਕੇ ਰਾਜੂ ਬੰਨੂ ਤਾਂ ਲੱਗੀ ਖੇਡਣ ਕਹਿੰਦੇ ਕਹਿੰਦੇ ਸ਼ਾਮੋ ਸ਼ਾਮੀ ਹੋ ਗਈ ਟਾਈਮ ਹੋ ਗਈ ਸਭਾ 6:01 ਹੋ ਗਈ 6:21 ਤਾਂ ਇਹਨਾਂ ਦਾ ਕੰਮ ਆਪਣਾ ਹੋ ਗਿਆ ਪੂਰਾ ਡਿੱਟੋ ਘੈਂਟ ਹੋ ਗਿਆ ਅਤੇ ਹੁਣ ਗੱਡੀ ਲਾ ਕੇ ਦੇਖਦੇ ਹਾਂ ਇੱਥੇ ਰਾਣੀ ਸੁੰਦਰਾਂ ਦੀ ਵਾਰੀ ਹੈ ਇੱਥੇ ਵਾੜਨ ਦੀ ਗੱਡੀ ਹੁਣ ਗੱਡੀ ਲਾ ਕੇ ਚੈੱਕ ਕਰਦੇ ਹਾਂ ਆਪਾਂ ਕਿੱਥੇ ਤੱਕ ਆਉਂਦੀ ਹੈ ਫਿਰ ਅੱਗੇ ਪਲੈਨ ਬਣਾਵਾਂਗੇ ਛਾਂ ਕਰਨ ਦਾ ਉੱਧਰ ਵੀ ਟਾਈਲਾਂ ਲੱਗ ਗਈਆਂ ਅੱਧੀਆਂ ਪਾਰਲਰ ਵਾਲੇ ਪਾਸੇ ਰੀਲ ਬਣਾਈ ਸੀਗੀ ਗੁੰਨੂ ਸੋਹਣਾ ਨਹੀਂ ਨੱਚੀ ਪਰ ਫਿਰ ਮੈਂ ਪਾਈ ਨਹੀਂ ਰੀਲ ਮੇਰੇ ਨਾਲ ਐਂ ਦੇਖ ਤੈਨੂੰ ਆਪ ਨੂੰ ਪਤਾ ਲੱਗੂਗਾ ਤੂੰ ਫਿਰ ਆਪ ਹੀ ਕਹੇਂਗੀ ਨਹੀਂ ਪਾਉਣੀ ਪਾਪਾ ਦੇਖੀ ਚੰਗਾ ਫਿਰ ਪਤਾ ਲੱਗੂ ਤੈਨੂੰ ਰਿੰਕੀ ਆਂਟੀ ਗਈ ਸਾਡੀ ਰਿੰਕੀ ਆਂਟੀ ਮੈਂ ਵੀ ਰਿੰਕੀ ਆਂਟੀ ਕਹਿ ਦਿੰਦਾ ਹੁੰਦਾ ਲੋ ਜੀ ਫਾਈਨਲੀ 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 ਗੱਡੀ ਆ ਰਹੀ ਹੈ ਆਪਦੀ ਜਗ੍ਹਾ 'ਤੇ ਗੱਡੀ ਦਾ ਘਰ ਬਣ ਗਿਆ ਸਾਡੀ ਗੱਡੀ ਦਾ ਜਗ੍ਹਾ ਬਣ ਗਈ ਹਜੇ ਕਰਨਗੇ ਸਫਾਈ ਹਜੇ ਤਾਂ ਵੈਸੇ ਜਸਟ ਲਾਈਆਂ ਨੇ ਬਸ 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 ਥੋੜ੍ਹਾ ਜਿਹਾ ਇੱਧਰ ਨੂੰ ਕਰੋ ਉੱਧਰ ਲੱਗ ਗਿਆ ਨਾਲ ਟਾਇਰ ਬਸ ਜ਼ਰੂਰੀ ਆਪਾਂ ਜਮ੍ਹਾਂ ਨਾਲ ਲਾਉਣੀ ਤਾਰ ਦੇ ਹੋਰ ਗੱਡੀ ਵਾਸਤੇ ਬਣਾਇਆ ਟੇਢੀ ਲੱਗਦੀ ਆ ਲਓ ਜੀ ਬੈਕ ਕਰਕੇ ਲਾਤੀ ਐਂ ਸੋਹਣੀ ਲੱਗਦੀ ਆ ਖੜੀ ਬੈਕ ਸਹੀ ਲੱਗ ਗਈ ਬਸ ਉੱਧਰ ਪਿੱਛੇ ਮੋਟਰਸਾਈਕਲ ਲਗਾ ਦਿਆ ਕਰਾਂਗੇ ਬਹੁਤ ਦੱਸੋ ਜੀ ਕਿਵੇਂ ਲੱਗਦੀ ਆ ਫਿਰ ਘੈਂਟ ਕਿੱਥੇ ਸੜਕ ਤੇ ਖੜੀ ਰਹਿੰਦੀ ਸੀ ਹੁਣ ਇੱਥੇ ਹੁਣ ਇਹਦੀ ਸ਼ਾਮ ਵੀ ਕਰਾਂਗੇ ਆਪਾਂ ਬੈਕ ਸਹੀ ਲੱਗਦੀ ਆ ਗੁੰਨੂ ਕਿਵੇਂ ਆ ਸਹੀ ਲੱਗ ਗਈ ਚਲੋ ਜੀ ਦੋ ਕੁ ਦਿਨ ਦਾ ਹੋਰ ਰਹਿ ਗਿਆ ਕੰਮ ਹਜੇ ਫਿਰ ਤੁਹਾਨੂੰ ਉਦੋਂ ਬਾਅਦ ਹੋਮ ਟੂਰ ਦੇਵਾਂਗੇ ਸਾਰੀਆਂ ਭੈਣਾਂ ਕਹਿ ਰਹੀਆਂ ਹੋਮ ਟੂਰ ਬਹੁਤ ਜਲਦ ਦੇਵਾਂਗੇ ਵੇਟ ਕਰੋ ਕੰਮ ਕੰਪਲੀਟ ਹੋ ਜੇ ਫਿਰ ਦੇਵਾਂਗੇ ਤੁਹਾਡੇ ਸਾਰਿਆਂ ਦੀ ਡਿਮਾਂਡ 'ਤੇ ਹੋਮ ਟੂਰ ਲਓ ਜੀ ਮੈਂ ਕਿਹਾ ਦੂਰੋਂ ਜਾ ਕੇ ਦੇਖੀਏ ਕਿਵੇਂ ਲੱਗਦਾ ਕੋਠੀ ਆਪਣੀ ਅਤੇ ਕੋਠੀ ਥੱਲੇ ਗੱਡੀ ਗੱਡੀ ਥੱਲੇ ਉਹ ਗੱਡੀ ਥੱਲੇ ਨਹੀਂ ਗੱਡੀ ਕੋਲੇ ਮੈਡਮ ਮੈਡਮ ਗੱਡੀ ਥੱਲੇ ਹੀ ਦੇਤੀ ਸੀਗੀ ਆਪਾਂ ਹੈ ਬਣਾ ਰਿਹਾ ਗੁੰਨੂ
ਗੁਨੂੰ ਤੁਸੀਂ ਫਸਟ ਟਾਈਮ ਦੇਖੀ ਹੋਣੀ ਡਰਾਇੰਗ ਕਰਦੀ। ਗੁਨੂੰ ਦਾ ਕੱਲ ਡਰਾਇੰਗ ਦਾ ਪੀਰੀਅਡ ਹੈ। ਇੰਨਾ ਮੈਂ ਬਣਾਇਆ, ਕਿੰਨਾ ਸੋਹਣਾ ਲੱਗਦਾ ਨਾ। ਇਹ ਗੁਨੂੰ ਨੇ ਬਣਾਇਆ। ਤੁਸੀਂ ਇਸ ਤੇ ਮੈਂ ਵੀ ਬਣਾ ਲੂੰਗਾ। ਆ ਬਣਾਉਣਾ। ਆ ਬਣਾਇਆ ਸੀਗਾ ਮੈਂ। ਇੰਨੇ ਓਕੇ। ਬਹੁਤ ਗੰਦਾ। ਇਹ ਬਣਾਉਣਾ ਮੈਂ। ਚਲ ਬਣਾ ਜਲਦੀ ਜਲਦੀ ਕੱਲ ਡਰਾਇੰਗ ਦਾ। ਬੱਚਿਆਂ ਦੇ ਨਾਲ ਨਾਲ ਪੇਪਰ ਆ, ਨਾਲ ਨਾਲ ਬੱਚਿਆਂ ਦੇ ਇਹਨਾਂ ਦੇ ਪੀਰੀਅਡ ਵੀ ਲੱਗਦੇ ਆ, ਤੇ ਇੰਨਾ ਕੁ ਤਾਂ ਨਹੀਂ ਕਰਨਾ ਚਾਹੀਦਾ ਸਕੂਲ ਵਾਲਿਆਂ ਨੂੰ। ਪੇਪਰ ਦੇ ਕੇ ਛੁੱਟੀ ਕਰ ਦੇਣੀ ਚਾਹੀਦੀ ਆ। ਬੱਚਾ ਹੁਣ ਪੇਪਰ 'ਚ ਧਿਆਨ ਦੇਵੇ ਕਿ ਹੋਮਵਰਕ 'ਚ ਧਿਆਨ ਦੇਵੇ। ਹੁਣ ਗਾਇਜ਼ ਦੱਸੋ ਕਿ ਮੈਂ ਸਾਇੰਸ ਦਾ ਟੈਸਟ ਰਿਵਾਈਜ਼ ਕਰਾਂ ਜਾਂ ਇੰਗਲਿਸ਼ ਦਾ ਪੇਪਰ। ਤਾਂ ਫਿਰ ਅਸੀਂ ਗੁਨੂੰ ਨੂੰ ਕਹਿਤਾ ਕਿ ਤੂੰ ਪੇਪਰ ਦੀ ਤਿਆਰੀ ਕਰ, ਟੈਸਟ 'ਚੋਂ ਨੰਬਰ ਨਹੀਂ ਆਉਂਦੇ ਤਾਂ ਨਾ ਆਉਂਦੇ। ਜਿੱਦਾਂ ਸਾਇੰਸ ਦਾ ਪੇਪਰ ਹੋਇਆ, ਆਪਾਂ ਸਾਇੰਸ ਦੇ ਪੇਪਰ 'ਚੋਂ ਨੰਬਰ ਲੈ ਲਾਂਗੇ। ਓਕੇ, ਕੱਲ੍ਹ ਤਾਂ 12 ਵਜੇ ਛੁੱਟੀ ਹੋ ਜਾਣੀ ਆ, ਘੱਟ ਪੀਰੀਅਡ ਹੀ ਲੱਗ ਰਿਹਾ। ਕੱਲ੍ਹ 6:30 ਜਾਣਾ ਜਵਾਕਾਂ ਨੇ ਘਰੋਂ। 6:30 ਸਾਰੇ ਸਬਜੈਕਟ ਲੈ ਕੇ ਜਾਊਂਗੀ। 12 ਵਜੇ ਤੱਕ ਦੇਖ ਲੈ। ਪਹਿਲੇ 2 ਪੀਰੀਅਡ ਤਾਂ, ਪਹਿਲੇ 2 ਪੀਰੀਅਡ ਹੁੰਦਾ ਨਾ ਪੇਪਰ। ਕਦੋਂ ਲੱਗਦੇ ਆ? 6 ਘੰਟੇ ਬਣਾਉਣੇ ਆ ਬਾਅਦ ਪੇਪਰਾਂ ਤੋਂ ਬਾਅਦ। ਨਹੀਂ, ਹੁਣ ਫਸਟ ਤੇ ਸੈਕਿੰਡ ਪੀਰੀਅਡ ਤੇਰਾ ਕਿਹੜੇ ਸਬਜੈਕਟ ਦਾ ਹੁੰਦਾ? ਲੱਗਦਾ ਕਿਹੜੇ ਸਬਜੈਕਟ ਦਾ ਹੁੰਦਾ ਇਹ ਪੁੱਛਿਆ ਮੈਂ। ਐਸਐਸ ਦਾ ਫਸਟ ਹੁੰਦਾ, ਸੈਕਿੰਡ ਦਾ ਐਸਐਸ ਦਾ। ਫਿਰ ਕਦੋਂ ਲੱਗਦਾ ਉਹ? ਥਰਡ ਲੱਗਦਾ ਐਸਐਸ ਦਾ? ਨਹੀਂ, ਹੋਰ ਫਸਟ ਪੀਰੀਅਡ ਮੰਨ ਕੇ ਸੈਕਿੰਡ ਪੀਰੀਅਡ ਲੱਗਦਾ, ਫਿਰ ਕੰਪਿਊਟਰ ਦਾ ਐਵੇਂ ਲੱਗਦੇ। ਤੇ ਜਿਹੜੇ ਰਹਿ ਜਾਂਦੇ 2 ਪੀਰੀਅਡ ਐਂਡ ਤੇ, ਉਹ ਵੀ ਲੱਗਦੇ? ਮੀਨਸ ਫਿਰ ਥੋੜੇ ਥੋੜੇ ਟਾਈਮ ਘੱਟ ਗਿਆ ਉਹਨਾਂ ਦਾ, ਛੋਟੇ ਲੱਗਦੇ ਹੋਣੇ ਆ।